ਮਾੜਾ ਗੁੰਡਾ ਕਰਦੇ ਪਿਓ ਵੱਧ ਸਾਡੇ ਮਹੱਲੇ ਜਨਾਬ ਗੁੰਡਾ ਕਰਦੇ ਪਿਓ ਵੱਧ ਚੁੱਕੀ ਹੈਗੀ ਆ ਠੀਕ ਹੈ ਗੁੰਡਾ ਕਰਦੀ ਬੋਝ ਨਹੀਂ ਵੱਧ ਚੁੱਕੀ ਹੈਗੀ ਹੈ ਕੀ ਮਤਲਬ ਕਿ ਆਮ ਬੰਦੇ ਦਾ ਕੀ ਘਰੋਂ ਨਿਕਲਣਾ ਮੁਸ਼ਕਿਲ ਹੈ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰਿਆ ਦਰਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਗੁਆਂਢੀ ਵੀ ਆਮੋ ਸਾਹਮਣੇ ਆ ਗਏ ਤੇ ਇੱਕ ਧਿਰ ਨੇ ਦੂਸਰੀ ਦੇ ਉੱਤੇ ਗੋਲੀਆਂ ਚਲਾਉਣ ਤੱਕ ਦੇ ਇਲਜ਼ਾਮ ਲਗਾ ਦਿੱਤੇ ਨੇ ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਗੁਆਂਢੀ ਆਪਸ ਦੇ ਵਿੱਚ ਆਮੋ ਸਾਹਮਣੇ ਹੋਏ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਕੋਈ ਮਾਮੂਲੀ ਗੱਲ ਨੂੰ ਲੈ ਕੇ ਪਹਿਲਾਂ ਬੱਚੇ ਆਪਸ ਦੇ ਵਿੱਚ ਆਮੋ ਸਾਹਮਣੇ ਹੋਏ ਤੇ ਉਸ ਤੋਂ ਬਾਅਦ ਦੇ ਵਿੱਚ ਲੜਾਈ ਇੰਨੀ ਵੱਧ ਗਈ ਕਿ ਪਰਿਵਾਰਕ ਮੈਂਬਰ ਵੀ ਇੱਕ ਦੂਜੇ ਦੇ ਸਾਹਮਣੇ ਆ ਗਏ ਅਤੇ ਇੱਕ ਦੂਜੇ ਨਾਲ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇੱਕ ਧਿਰ ਨੇ ਗੁੱਸੇ ਦੇ ਵਿੱਚ ਆ ਕੇ ਗੋਲੀ ਚਲਾ ਦਿੱਤੀ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਸੂਚਨਾ ਮਿਲੀ ਸੀ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਗੋਲੀਆਂ ਚਲਾਉਣ ਬਾਰੇ ਉਹਨਾਂ ਨੇ ਕਿਹਾ ਕਿ ਇਸ ਦੀ ਵੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਕਾਰਨਾਂ ਦਾ ਹਾਲੇ ਸਾਹਮਣੇ ਨਹੀਂ ਹੋ ਸਕਿਆ ਕਿ ਕਿਸ ਕਾਰਨ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਕਿਹਾ ਜਾ ਰਿਹਾ ਕਿ ਪਹਿਲਾਂ ਬੱਚਿਆਂ ਦੀ ਲੜਾਈ ਹੋਈ ਤੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰਕ ਮੈਂਬਰ ਵੀ ਆਮੋ ਸਾਹਮਣੇ ਆ ਗਏ ਦੇਖੋ ਗੁਰਪ੍ਰੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਫੋਨ ਦੇ ਉੱਤੇ ਦੱਸਿਆ ਵੀ ਮੇਰੇ ਝਗੜਾ ਹੋਇਆ ਮੇਰਾ ਉਹਨਾਂ ਦੇ ਗੁਆਂਢੀ ਆ ਗਿਆ ਅਤੇ ਉਹ ਹਜੇ ਇਨੀਸ਼ੀਅਲ ਸਟੇਜ 'ਤੇ ਹੈਗੇ ਉਹ 10 ਰਹੇ ਐਲੀਗੇਸ਼ਨ ਤੱਕ ਲਾ ਰਹੇ ਵੀ ਗੋਲੀ ਚੱਲੀ ਹੈਗੀ ਹੈ ਹਾਂਜੀ ਇਹ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਪਤਾ ਲੱਗੇਗਾ ਸਰ ਲੜਾਈ ਦਾ ਵੈਸੇ ਕਾਰਨ ਕੀ ਸੀ ਕੁਝ ਪਤਾ ਲੱਗਾ ਇਹ ਕੋਈ ਬੱਚਿਆਂ ਤੋਂ ਲੜਾਈ ਹੋਈ ਹੈ ਇਹਨਾਂ ਦੀ ਆਪਸ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹਨਾਂ ਦਾ ਹੈਗਾ ਆ ਤਾਂ ਹਜੇ ਕਾਰਨ ਵੀ ਕੋਈ ਖਾਸ ਨਹੀਂ ਇਹਨਾਂ ਨੇ ਦੱਸਿਆ ਹੈ ਵੀ ਗੁਆਂਢੀ ਨੇ ਝਗੜਾ ਮਤਲਬ ਕੋਈ ਕੀ ਨਾਮ ਸੀ ਉਹਨਾਂ ਦਾ ਦੋਨੋਂ ਪਾਰਟੀਆਂ ਦਾ ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹਨੇ ਦੱਸਿਆ ਫੋਨ ਕੀਤਾ ਆ ਇਹ ਬਾਕੀ ਹੋਰ ਛੋਟੇ ਨਾਮ ਤਾਂ ਦੱਸ ਰਹੇ ਆ ਕੋਈ ਕੁਮਾਰ ਆ ਜਾਂ ਪ੍ਰੀਤ ਆ ਇਸ ਤਰ੍ਹਾਂ ਦੇ ਨਾਮ ਦੱਸ ਰਹੇ ਜਿੱਦਾਂ ਕਿ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਦਰਵਾਜ਼ੇ ਦੇ ਕੋਲ ਕੋਈ ਗੋਲੀ ਚੱਲਣ ਦੇ ਨਿਸ਼ਾਨ ਵਗੈਰਾ ਦੱਸ ਰਹੇ ਸੀਗੇ ਉਹ ਜੇ ਆਪਾਂ ਦੇਖਦੇ ਹਾਂ ਮੈਂ ਇੰਨੀ ਤੁਹਾਨੂੰ ਇਨੀਸ਼ੀਅਲ ਸਟੇਜ ਦੇ ਉੱਤੇ ਕੋਈ ਗੱਲ ਦੱਸਦੇ ਹਾਂ ਤਾਂ ਕੋਈ ਅਸੀਂ ਉਸਦੀ ਗੱਲ ਹੈ ਨਹੀਂ ਇਹ ਜਿਹੜਾ ਲੜਾਈ ਹੋਈ ਸੀ ਕਿਹੜੀ ਜਗ੍ਹਾ ਦੇ ਵਿੱਚ ਹੋਈ ਸੀਗੀ ਇਹ ਕੋਟ ਬਾਬਾ ਦੀਪ ਸਿੰਘ ਨਾਲ ਮਾੜਾ ਗੁੰਡਾ ਕਰਦੇ ਪਿਓ ਵੱਧ ਸਾਡੇ ਮਹੱਲੇ ਜਨਾਬ ਗੁੰਡਾ ਕਰਦੇ ਪਿਓ ਵੱਧ ਚੁੱਕੀ ਹੈਗੀ ਆ ਠੀਕ ਹੈ ਬੱਚਿਆਂ ਦੀ ਲੜਾਈ ਨੇ ਖੂਨੀ ਰੂਪ ਧਾਰਿਆ ਦਰਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਬੱਚਿਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਗੁਆਂਢੀ ਵੀ ਆਮੋ ਸਾਹਮਣੇ ਆ ਗਏ ਤੇ ਇੱਕ ਧਿਰ ਨੇ ਦੂਸਰੀ ਦੇ ਉੱਤੇ ਗੋਲੀਆਂ ਚਲਾਉਣ ਤੱਕ ਦੇ ਇਲਜ਼ਾਮ ਲਗਾ ਦਿੱਤੇ ਨੇ ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਦੋ ਗੁਆਂਢੀ ਆਪਸ ਦੇ ਵਿੱਚ ਆਮੋ ਸਾਹਮਣੇ ਹੋਏ ਨੇ ਹਾਲਾਂਕਿ ਕਿਹਾ ਜਾ ਰਿਹਾ ਕਿ ਕੋਈ ਮਾਮੂਲੀ ਗੱਲ ਨੂੰ ਲੈ ਕੇ ਪਹਿਲਾਂ ਬੱਚੇ ਆਪਸ ਦੇ ਵਿੱਚ ਆਮੋ ਸਾਹਮਣੇ ਹੋਏ ਤੇ ਉਸ ਤੋਂ ਬਾਅਦ ਦੇ ਵਿੱਚ ਲੜਾਈ ਇੰਨੀ ਵੱਧ ਗਈ ਕਿ ਪਰਿਵਾਰਕ ਮੈਂਬਰ ਵੀ ਇੱਕ ਦੂਜੇ ਦੇ ਸਾਹਮਣੇ ਆ ਗਏ ਅਤੇ ਇੱਕ ਦੂਜੇ ਨਾਲ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇੱਕ ਧਿਰ ਨੇ ਗੁੱਸੇ ਦੇ ਵਿੱਚ ਆ ਕੇ ਗੋਲੀ ਚਲਾ ਦਿੱਤੀ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਸੂਚਨਾ ਮਿਲੀ ਸੀ ਮੌਕੇ ਦੇ ਉੱਤੇ ਪਹੁੰਚੇ ਨੇ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਾਲਾਂਕਿ ਗੋਲੀਆਂ ਚਲਾਉਣ ਬਾਰੇ ਉਹਨਾਂ ਨੇ ਕਿਹਾ ਕਿ ਇਸ ਦੀ ਵੀ ਹਰ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਕਾਰਨਾਂ ਦਾ ਹਾਲੇ ਸਾਹਮਣੇ ਨਹੀਂ ਹੋ ਸਕਿਆ ਕਿ ਕਿਸ ਕਾਰਨ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋਈ ਸੀ ਕਿਹਾ ਜਾ ਰਿਹਾ ਕਿ ਪਹਿਲਾਂ ਬੱਚਿਆਂ ਦੀ ਲੜਾਈ ਹੋਈ ਤੇ ਉਸ ਤੋਂ ਬਾਅਦ ਦੇ ਵਿੱਚ ਪਰਿਵਾਰਕ ਮੈਂਬਰ ਵੀ ਆਮੋ ਸਾਹਮਣੇ ਆ ਗਏ ਦੇਖੋ ਗੁਰਪ੍ਰੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਫੋਨ ਦੇ ਉੱਤੇ ਦੱਸਿਆ ਵੀ ਮੇਰੇ ਝਗੜਾ ਹੋਇਆ ਮੇਰਾ ਉਹਨਾਂ ਦੇ ਗੁਆਂਢੀ ਆ ਗਿਆ ਅਤੇ
ਉਹ ਹਜੇ ਇਨੀਸ਼ੀਅਲ ਸਟੇਜ 'ਤੇ ਹੈਗੇ, ਉਹ ਦੱਸ ਰਹੇ ਐਲੀਗੇਸ਼ਨ ਤਾਂ ਲਾ ਰਹੇ ਵੀ ਗੋਲੀ ਚੱਲੀ ਹੈਗੀ ਹੈ। ਹਾਂਜੀ, ਇਹ ਵੈਰੀਫਾਈ ਕਰਾਂਗੇ, ਉਸ ਤੋਂ ਬਾਅਦ ਪਤਾ ਲੱਗੇਗਾ ਸਰ। ਲੜਾਈ ਦਾ ਵੈਸੇ ਕਾਰਨ ਕੀ ਸੀ, ਕੁਝ ਪਤਾ ਲੱਗਾ? ਇਹ ਕੋਈ ਬੱਚਿਆਂ ਤੋਂ ਲੜਾਈ ਹੋਈ ਹੈ ਇਹਨਾਂ ਦੀ ਆਪਸ ਦੇ ਵਿੱਚ, ਗੁਰਦੁਆਰਾ ਸਾਹਿਬ ਦੇ ਸਾਹਮਣੇ ਇਹਨਾਂ ਦਾ ਹੈਗਾ ਆ, ਤਾਂ ਹਜੇ ਕਾਰਨ ਵੀ ਕੋਈ ਖਾਸ ਨਹੀਂ ਇਹਨਾਂ ਨੇ ਦੱਸਿਆ, ਹੈ ਵੀ ਗੁਆਢੀ ਗੁਆਢੀ ਨੇ। ਝਗੜਾ ਮਤਲਬ ਕੋਈ ਕੀ ਨਾਮ ਸੀ ਉਹਨਾਂ ਦਾ, ਦੋਨੋਂ ਪਾਰਟੀਆਂ? ਗੁਰਪ੍ਰੀਤ ਸਿੰਘ ਨਾਂ ਦਾ ਵਿਅਕਤੀ ਹੈ ਜਿਹਨੇ ਦੱਸਿਆ, ਫੋਨ ਕੀਤਾ ਆ। ਇਹ ਬਾਕੀ ਹੋਰ ਛੋਟੇ ਨਾਮ ਤਾਂ ਦੱਸ ਰਹੇ ਆ, ਕੋਈ ਕੁਮਾਰ ਆ ਜਾਂ ਪ੍ਰੀਤ ਆ, ਇਸ ਤਰ੍ਹਾਂ ਦੇ ਨਾਮ ਦੱਸ ਰਹੇ। ਜਿੱਦਾਂ ਕਿ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ ਦਰਵਾਜ਼ੇ ਦੇ ਕੋਲ ਕੋਈ ਗੋਲੀ ਚੱਲਣ ਦੇ ਨਿਸ਼ਾਨ ਵਗੈਰਾ ਦੱਸ ਰਹੇ ਸੀਗੇ, ਉਹ ਜੇ ਆਪਾਂ ਦੇਖਦੇ ਹਾਂ, ਮੈਂ ਇੰਨੀ ਤੁਹਾਨੂੰ ਇਨੀਸ਼ੀਅਲ ਸਟੇਜ ਦੇ ਉੱਤੇ ਕੋਈ ਗੱਲ ਦੱਸਦੇ ਹਾਂ ਤਾਂ ਕੋਈ ਅਸੀਂ ਗੱਲ ਹੈ ਨਹੀਂ। ਇਹ ਜਿਹੜਾ ਲੜਾਈ ਹੋਈ ਸੀ ਕਿਹੜੀ ਜਗ੍ਹਾ ਦੇ ਵਿੱਚ ਹੋਈ ਸੀਗੀ? ਇਹ ਰਿਪੋਰਟ ਬਾਬਾ ਦੀਪ ਸਿੰਘ ਨਾਲ।